ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਈ ਨਿਊਜ਼ ਪੰਜਾਬ ਦੀਆਂ ਖਬਰਾਂ ਵਿੱਚ ਸਵਾਗਤ ਹੈ। ਤੁਸੀਂ ਇੱਥੇ ਹਰ ਖਬਰ ਇੱਕ ਇੱਕ ਕਰਕੇ ਵਿਸਤਾਰ ਵਿੱਚ ਜਾਣੋਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਪੂਰਾ ਜ਼ਰੂਰ ਦੇਖੋ। ਆਓ ਜਾਣੀਏ ਅੱਜ ਦੀ ਪਹਿਲੀ ਵੱਡੀ ਖਬਰ। ਕੋਰੋਨਾ ਦਾ ਵਧਿਆ ਖਤਰਾ, ਪੰਜਾਬ ਵਿੱਚ ਅੱਜ ਤੋਂ ਮੁੜ ਸਖਤੀ, ਜਾਣੋ ਨਵੀਆਂ ਗਾਈਡਲਾਈਨਸ। ਜੀ ਹਾਂ, ਦੱਸ ਦਈਏ ਕਿ ਪੰਜਾਬ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਵਿੱਚ ਅੱਜ ਤੋਂ ਹੋਰ ਸਖਤੀ ਹੋਣ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੁੱਝ ਹੋਰ ਸਖਤ ਕਦਮ ਚੁੱਕਣ ਦੀ ਤਿਆਰੀ ਕੀਤੀ ਹੈ। ਇਸ ਵਿੱਚ ਸਮਾਜਿਕ, ਜਨਤਕ ਤੇ ਪਰਿਵਾਰਿਕ ਸਮਾਗਮਾਂ ਤੇ ਹੋਰ ਪਾਬੰਦੀਆਂ ਲਾਈਆਂ ਜਾਣਗੀਆਂ। ਕੈਪਟਨ ਨੇ ਕਿਹਾ ਕਿ ਪੰਜਾਬ ਨੂੰ ਮੁੰਬਈ ਜਾਂ ਦਿੱਲੀ ਨਹੀਂ ਬਣਨ ਦੇਵਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਲਾਈਵ ਦੌਰਾਨ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਾਉਣ ਤੋਂ ਰੋਕਣ ਲਈ ਸਖਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਵੀ ਮੁੰਬਈ, ਦਿੱਲੀ ਜਾਂ ਤਾਮਿਲਨਾਡੂ ਦੇ ਰਾਹ ਤੇ ਵਧੇ। ਕੈਪਟਨ ਨੇ ਪੰਜਾਬ ਪ੍ਰਤੀ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਨਾਲ ਹਾਲਾਤ ਵਿਗੜਨ ਨਹੀਂ ਦੇਵਾਂਗੇ। ਕੈਪਟਨ ਨੇ ਕਿਹਾ ਕਿ ਹਫ਼ਤੇ ਦੇ ਆਖਰ ਵਾਲਾ ਲਾਕਡਾਊਨ ਪਹਿਲਾਂ ਹੀ ਲੱਗਿਆ ਹੋਇਆ ਹੈ। ਸਰਕਾਰ ਸਥਿਤੀ ਤੇ ਪੂਰੀ ਨਜ਼ਰ ਰੱਖ ਰਹੀ ਹੈ ਤੇ ਕੋਰੋਨਾ ਤੇ ਕਾਬੂ ਪਾਉਣ ਲਈ ਜੋ ਵੀ ਜ਼ਰੂਰੀ ਕਦਮ ਹੋਣਗੇ ਉਹ ਚੁੱਕੇ ਜਾਣਗੇ। ਸ਼ਨੀਵਾਰ ਮਾਸਕ ਨਾ ਪਹਿਨਣ ਕਾਰਨ 5100 ਲੋਕਾਂ ਦੇ ਚਲਾਨ ਕੱਟੇ ਗਏ ਹਨ। ਅੱਜ ਆਉਣਗੇ 10ਵੀਂ ਤੇ 12ਵੀਂ ਦੇ ਨਤੀਜੇ, 30 ਲੱਖ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ। ਜੀ ਹਾਂ, ਦੱਸ ਦਈਏ ਕਿ ਆਖਰਕਾਰ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਅੱਜ ਖਤਮ ਹੋ ਜਾਵੇਗਾ। ਨਤੀਜਿਆਂ ਦੀ ਉਡੀਕ ਵਿੱਚ ਵਿਦਿਆਰਥੀਆਂ ਦੇ ਸਾਹ ਸੁੱਕੇ ਹੋਏ ਸੀ। ਅੱਜ CBSE ਦੇ 10ਵੀਂ ਅਤੇ 12ਵੀਂ ਦੇ ਨਤੀਜੇ ਜਾਰੀ ਕੀਤੇ ਜਾ ਸਕਦੇ ਹਨ। ਇਸ ਦੇ ਜਾਰੀ ਹੋਣ ਨਾਲ ਤਕਰੀਬਨ 30 ਲੱਖ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਦੱਸ ਦਈਏ ਕਿ CBSE ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਸਨੇ 10ਵੀਂ ਅਤੇ 12ਵੀਂ ਪੈਂਡਿੰਗ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਤੇ ਨਤੀਜੇ 15 ਜੁਲਾਈ ਤੱਕ ਜਾਰੀ ਕਰ ਦੇਣਗੇ। ਇਸ ਦੇ ਲਈ ਇੱਕ ਪੱਕੀ ਸੰਭਾਵਨਾ ਹੈ ਕਿ CBSE ਦੇ ਨਤੀਜੇ ਅੱਜ ਜਾਰੀ ਕੀਤੇ ਜਾਣਗੇ। ਕੋਰੋਨਾ ਦੇ ਕਹਿਰ ਕਰਕੇ ਸਰਕਾਰ ਫਿਕਰਮੰਦ, ਹੁਣ ਫਿਰ ਹੋਵੇਗਾ ਲਾਕਡਾਊਨ। ਜੀ ਹਾਂ, ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ 9 ਲੱਖ ਦੇ ਨੇੜੇ ਪਹੁੰਚ ਚੁੱਕੇ ਹਨ। ਇਸ ਨੂੰ ਵੇਖਦਿਆਂ ਕੇਂਦਰ ਸਰਕਾਰ ਕਾਫੀ ਫਿਕਰਮੰਦ ਹੈ, ਇਸ ਲਈ ਮੁੜ ਲਾਕਡਾਊਨ ਲਾਇਆ ਜਾ ਸਕਦਾ ਹੈ। ਉਂਝ ਇਸ ਵਾਰ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਹੀ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ। ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬੈਂਗਲੁਰ ਤੇ ਪੁਣੇ ਸਮੇਤ ਕਈ ਸ਼ਹਿਰਾਂ ਵਿੱਚ ਅਧਿਕਾਰੀ ਵੱਖ-ਵੱਖ ਸਮੇਂ ਲਈ ਮੁੜ ਲਾਕਡਾਊਨ ਕਰਨ ਦੀ ਤਿਆਰੀ ਕਰ ਰਹੇ ਹਨ। ਕਰਨਾਟਕ ਤੇ ਤਾਮਿਲਨਾਡੂ ਵਿੱਚ ਐਤਵਾਰ ਨੂੰ ਲਾਕਡਾਊਨ ਰੱਖਿਆ ਗਿਆ ਹੈ। ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਤੇ ਬਿਹਾਰ ਵਰਗੇ ਰਾਜਾਂ ਨੇ ਵੱਖ-ਵੱਖ ਸਮੇਂ ਦੌਰਾਨ ਸੈਕਟਰ ਵਾਈਜ਼ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ। ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, ਪੈਟਰੋਲ ਵੀ ਚੜ੍ਹਿਆ ਅਸਮਾਨੀ। ਜੀ ਹਾਂ, ਦੱਸ ਦਈਏ ਕਿ ਦੇਸ਼ ਵਿੱਚ ਪਹਿਲੀ ਵਾਰ ਡੀਜ਼ਲ ਦੀਆਂ ਕੀਮਤਾਂ 81 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ ਤੇ ਉਹਨਾਂ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅੱਜ ਤੇਲ ਦੀ ਮਾਰਕੀਟਿੰਗ ਕੰਪਨੀ ਨੇ ਡੀਜ਼ਲ ਦੀ ਕੀਮਤ ਵਿੱਚ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿੱਚ ਡੀਜ਼ਲ ਦੀ ਕੀਮਤ 81.5 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ ਤੇ ਰਾਜਧਾਨੀ ਦਿੱਲੀ ਵਿੱਚ ਇਹ ਪ੍ਰਤੀ ਲੀਟਰ 80.43 ਰੁਪਏ ਦੀ ਕੀਮਤ ਤੇ ਸਥਿਰ ਹੈ। ਦੱਸ ਦਈਏ ਕਿ ਪੈਟਰੋਲ ਦੀ ਕੀਮਤ ਵਿੱਚ ਆਖਰੀ ਤਬਦੀਲੀ 29 ਜੂਨ ਨੂੰ ਹੋਈ ਸੀ, ਯਾਨੀ 14 ਦਿਨਾਂ ਤੋਂ ਪੈਟਰੋਲ ਦੀ ਕੀਮਤ ਵਿੱਚ ਕੋਈ ਫਰਕ ਨਹੀਂ ਹੋਇਆ। ਸਿੱਖ ਬੀਬੀ ਨੋਰੇਨ ਸਿੰਘ USA ਏਅਰ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਨਿਯੁਕਤ। ਜੀ ਹਾਂ, ਦੱਸ ਦਈਏ ਕਿ ਅਮਰੀਕਾ ਦੇ ਸੂਬੇ ਕੋਲਰਾਡੋ ਸਪ੍ਰਿੰਗਜ਼ ਵਿੱਚ ਭਾਰਤੀ ਅਮਰੀਕੀ ਸਿੱਖ ਵਿਦਿਆਰਥਣ ਅਤੇ ਭਾਰਤੀ ਕਮਿਊਨਿਟੀ ਆਰਗੇਨਾਈਜ਼ਰ ਦੀ 26 ਸਾਲਾ ਬੀਬੀ ਨੋਰੇਨ ਸਿੰਘ ਨੂੰ ਯੂਨਾਈਟਿਡ ਸਟੇਟ ਏਅਰ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਵਜੋਂ ਨਿਯੁਕਤ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਪ੍ਰਾਪਤੀ ਨੋਰੇਨ ਸਿੰਘ ਨੇ ਆਪਣੇ ਪਿਤਾ ਕਰਨਲ GB ਸਿੰਘ ਦੀ ਪਾਲਣਾ ਕਰਦਿਆਂ ਪ੍ਰਾਪਤ ਕੀਤੀ ਹੈ, ਜੋ ਅਮਰੀਕਾ ਵਿੱਚ ਇੱਕ ਫੌਜ ਅਧਿਕਾਰੀ ਵਜੋਂ ਸੇਵਾ ਕਰਦੇ ਰਹੇ ਹਨ। ਨੋਰੇਨ ਸਿੰਘ ਦੇ ਪਿਤਾ US ਫੌਜ ਦੇ ਸਰਵਉੱਚ ਦਰਜੇ ਦੇ ਸਿੱਖ ਅਮਰੀਕਨਾਂ ਵਿੱਚੋਂ ਇੱਕ ਹਨ, ਜੋ ਕਿ ਸਰਗਰਮ ਡਿਊਟੀ ਨਿਭਾਉਂਦੇ ਹੋਏ ਆਪਣੀ ਦਸਤਾਰ ਨੂੰ ਵੀ USA ਵਿੱਚ ਬਣਾਈ ਰੱਖਦੇ ਹਨ।
कुवैत विच फसे 177 पंजाबी पहुंचे वापस। सुनो तशद्दद दी दर्दनाक कहानी। जी हां, दस दईए कि कुवैत विच हाल ही विच पास होए एक बिल तो बाद 8 लाख भारतीयां दी नौकरी ते तलवार लटक रही है। हालांकि इस बिल नूं संसद विच मंजूरी मिलनी बाकी है, पर कोरोना वायरस कारण हालात विगड़े हुए हन। कई नामवर कंपनियां बंद होने नाल पंजाबी भी मुसीबत विच आ चुके हन। अजिहे विच 177 पंजाबी शहीद भगत सिंह एनजीओ दी मदद नाल पंजाब वापस आ गए हन, जो एतवार शाम करीब 8 बजे चंडीगढ़ एयरपोर्ट ते पहुंचे। कोरोना वायरस दे चलदियां सरकार ने सारिआं नूं रात नूं ही उनां दे संबंधित जिलिआं वल रवाना कर दित्ता ते उनां दे जिलिआं विच बनाए गए सेंटरां विच क्वारंटीन करन दी व्यवस्था कीती गई है। कुवैत तों शहीद भगत सिंह एनजीओ दे मैंबर रमन शर्मा ने कहा कि इत्थे हालात खराब हो चुके हन। कंपनियां ने भारतीयां नूं तनखाह देना बंद कर दित्ता सी। इस तों बाद ही एतवार पंजाब दे वख-वख जिलिआं नाल संबंधित 177 पंजाबी वापस भेजे हन। हुण टमाटर ने लोक किते लाल पीले। जी हां, दस दईए कि पहला प्याज ते हुण टमाटर ने लोकां दी जेब ढिल्ली कर दित्ती है। आर्थिक पक्खों मुश्किल चल रहे इस दौर विच सप्लाई घट होण कारण टमाटर दीआं कीमतां लगातार चढ़दीआं जा रहीआं हन। कौमी राजधानी विच एतवार नूं परचून बाजार विच टमाटर 70 रुपए प्रति किलोग्राम ते पहुंच गया। दिल्ली विच टमाटर 1 जून तो हफ्ता दर हफ्ता 10 रुपए प्रति किलो महंगा हो रहा है। यह वाधा ना सिर्फ गैर जथेबंदक पर चून बाजार विच हो रहा है, सगो मदर डेयरी दे सफल स्टोर अते बिग बास्केट ते ग्रोफर जहियां ई दुकानां विच भी तेजी वेखी जा रही है। चंडीगढ़ पंजाब हरियाणा दे बाजारां विच टमाटर दे भाव विच तेजी वेखी जा रही है। इत्थे 50 रुपए तो 70 रुपए तक टमाटर विक रहा है। पंजाबियों नूं हरियाणा दी तर्ज ते नहीं मिलेगा नौकरियां विच कोटा, कैप्टन ने कीता इनकार। जी हां, दस दईए कि सूबे विच निजी सैक्टर दीआं नौकरियां विच पंजाबियों नूं पहल नहीं मिलेगी। इह कहना है मुख्यमंत्री अमरिंदर सिंह दा। एतवार नूं सोशल मीडिया ते रूबरू हुंदे होए मुख्यमंत्री ने इह गल कही। रजिंदर सिंह नां दे व्यक्ति ने मुख्यमंत्री तों सवाल पुछिआ सी कि हरियाणा दी तर्ज ते पंजाब दे निजी सैक्टर विच पंजाबियों नूं पहल मिलनी चाहीदी है। इस ते मुख्यमंत्री ने कहा कि असी देश दे किसी भी बशिंदे दी नौकरी विच रुकावट नहीं बन सकदे, इह संविधान दी मूल भावना खिलाफ है। पंजाब दे लोक भी देश भर दे कई सूबियां विच रह रहे हन अते नौकरी कर रहे हन। हरियाणा सरकार ने पिछले दिनी निजी सैक्टर दीआं नौकरियां विच सूबा वासियां नूं 75% राखवांकरण संबंधी आर्डिनेंस पास कीता है। कैप्टन ने अगे कहा कि पंजाबी लोग सारे देश विच नौकरियां कर रहे हन अते किसे सूबे वलों इस संबंधी कोई भी पाबंदी नहीं है। उन्हां कहा कि असी होरना सूबियां दे नौजवानां नूं पंजाब विच नौकरियां लैण तों नहीं रोक सकदे। उन्हां इह वी कहा कि उन्हां दी नज़र विच हरियाणा दा फैसला अदालतां दी पड़चोल विच खरा नहीं उतर पावेगा। चौबी घंटिया 28,700 नवे केस, 500 मौतां, कुल अंकड़ा 8.78 लाख तक पहुंचा। जी हां, दस दईए कि पिछले 24 घंटिया विच देश विच कोरोना दे 28,701 नवे केस सामने आए हन। इस दे नाल ही 500 लोकां दी मौत हो चुकी है। इस दे नाल देश विच कुल कोरोना दे मरीजां दी गिणती 8,78,254 तक पहुंच गई है। इन्हां विचों 3,01,609 किरिया शील केस हन अते 5,53,471 मरीज ठीक होए हन। देश विच कोरोना तो मरण वालियां दी कुल गिनती 23,174 हो गई है। कर्नाटक सरकार दे मंत्री सीटी रवि कोरोना सकारात्मक पाए गए हन। उस समय उस दी पत्नी अते स्टाफ मेंबर दी रिपोर्ट नकारात्मक आई है। सीटी रवि ने खुद ट्वीट करके एह जानकारी दित्ती। फौज विच भर्ती दे नां ते पंजाबी नौजवानां तों ठगे करोड़ रुपए। जी हां, दस दईए कि फौज विच भर्ती दा झांसा दे के मोड़ खेतर दे वख-वख पिंडां दे करीब 45 नौजवानां नाल 1 करोड़ तों ज्यादा रुपए दी धोखाधड़ी कीती गई। प्रैस क्लब विच शनिवार पीड़ित नौजवानां दे नाल लोक इंसाफ पार्टी दे हलका इंचार्ज रविंदर सिंह ने ठगी मारन वाले मुलजम जोड़े ते उन्हां दी साथी महिला खिलाफ
कारवाई करने की मांग की। पीड़ित नौजवान ने SP गुरविंदर सिंह संगा नूं शिकायत दर्ज करवाई। SP ने दस्सिया कि शिकायत दर्ज करन तों बाद मामले की जांच DSP इन्वेस्टिगेशन नूं सौंप दिती गई है। जांच तों बाद कारवाई की जाएगी। पीड़ित सुखप्रीत सिंह निवासी मौड़ कलां ने दस्सिया कि उह लगभग 2 साल पहला फिरोजपुर विच फौज विच भर्ती होण लई अपने दोस्तां नाल गया सी। उत्थे उस दी मुलाकात मुलजम राजपाल सिंह उस दी पत्नी नेकपाल कौर ते सुखपाल कौर दे नाल होई। इस तों बाद मुलजमां ने उस दे समेत करीब 45 नौजवानां तों 1 करोड़ रुपए तों भी ज्यादा दी धोखाधड़ी कीती है। दोस्तों जे तुहानू इह साडी जानकारी वधिया लगी तां कमेंट करके दस्सिओ, लाइक अते शेयर जरूर करिओ अते साडे चैनल नूं सबसक्राइब करना ना भुल्लिओ। धन्यवाद।